ਸਮਰਾਲਾ ਵਿੱਚ ਰਵਿੰਦਰ ਕਰਿਆਨਾ ਸਟੋਰ ਤੇ ਦੇਰ ਸ਼ਾਮ ਨੂੰ ਅਚਾਨਕ ਅੱਗ ਲੱਗਣ ਨਾਲ ਸੰਘਣੀ ਆਬਾਦੀ ਹੋਣ ਕਾਰਨ ਲੋਕਾਂ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਤਾਂ ਪਹੁੰਚ ਗਈ ਪਰ ਅੱਗ ਨੂੰ ਕਾਬੂ ਕਰਨ ਦੇ ਲਈ ਪਾਈਪ ਫਟੇ ਹੋਣ ਕਾਰਨ ਪਾਣੀ ਦਾ ਪ੍ਰੈਸ਼ਰ ਘੱਟ ਬਣ ਸਕਿਆ, ਜਿਸ ਕਾਰਨ ਅੱਗ ਤੇ ਕਾਬੂ ਪਾਉਣ ਲਈ 5 ਗੱਡੀਆਂ ਤੱਕ ਲੱਗ ਗਈਆਂ। रविंदर करियाना स्टोर के मालक ने दसिया कि उन्होंने इस दुकान के उपर उन्होंने गोदाम का समान है जिस विच काफ़ी लखां का समान पिया रहिंदा है। उन्होंने कहा कि अजे तक अग लगन का कारण नहीं पता लग्या पर हुण अग ते काबू पा लिया गया। उन्हां मुताबक अग विच समान झुलसन के नाल कई लखां का नुकसान हो चुका है, ये अजे पता लगाना बाकी है। सर मेरा नाम है नरेंद्र कुंडर लक्की, रविंदर करियाना स्टोर मेरी दुकान का नाम है जी। नुकसान हो समान समान ज्यादा होंगे उपर रख लेंगे जी। मेरी करियाना शॉप है जी। जब इस संबंधी फायर ब्रिगेड के इंचार्ज को पूछा गया तो उसने दसिया कि उन्होंने वालों अपने तौर पर लिखती कमेटी दफ्तर इन्होंने पाइपों को बदलने भेज दी गई है। मैं डी रविंदर कुमार जी फायर ड्राइवर, सानू फोन आया सी इतों कि अग लगी है इतने करियाना स्टोर के उपर, तो अभी तुरंत इतने गड्डी लेके पहुंच गए। पहली साड़ी गड्डी आ चुकी थी तो अग ज्यादा फिर दूजी गड्डी दोबारा बुलाई गई। फिर जी एक्चुअली अग होंदी जब लगदी ने उदो ज्यादा होंदा पैपू फट जांदियां ने, उह जी नवीं चीजां होंदियां साडियां हुण असीं बड़ियां पैपां ही नवीं मंगा चुके आ, इह पैपां ही चेंज करवाउणी निकलण वाली पैपां। ਤੁਹਾਨੂੰ ਲੱਗਦਾ ਨਹੀਂ ਜੇ ਪਾਈਪਾਂ ਠੀਕ ਹੁੰਦੀਆਂ ਤਾਂ ਅੱਗ ਤੇ ਪਹਿਲਾਂ ਕਾਬੂ ਪਾ ਲੈਣਾ ਸੀਗਾ, ਇੱਕ ਦੋ ਗੱਡੀਆਂ ਨਾਲੇ ਸਰ ਜਾਣਾ ਸੀਗਾ? ਨਹੀਂ ਪਾਣੀ ਤਾਂ ਹੁਣ ਲਾਏ ਦੇ ਨਹੀਂ, ਅੱਗ ਦੀ ਪੈਪ ਤਾਂ ਹੁਣ ਜਿਵੇਂ ਆਉਂਦੀ ਸਾਰੇ ਅੱਗ ਦਾ ਪਹਿਲਾਂ ਜਿਵੇਂ ਲੱਗਣੀਆਂ ਪੈਪ, ਕਿਉਂਕਿ ਪੌੜੀ ਦੇ ਅੱਗ ਦੀ ਹਵਾ ਇੱਧਰ ਨੂੰ ਫਲੈਸ਼ਰ, ਜੇ ਪੈਪ ਬੜੀ ਪੈਪ ਲਾਉਣੀ ਤੇ ਉਹਦੇ ਨਾਲ ਅੱਗ ਹਵਾ ਇੱਧਰ ਨੂੰ ਆਉਣੀ ਸਾਰੀ ਅੱਗ, ਇਹ ਤਾਂ ਕਰਕੇ ਛੋਟੀ ਪੈਪ ਲਾਈ, ਜੇ ਬੜੀ ਪੈਪ ਲਾ ਤਾਂ ਉਹਨੂੰ ਟਾਈਮ ਵੇਸਟ ਹੋਣਾ ਸੀ ਉਹਨਾਂ ਜ਼ਿਆਦਾ। ਅੱਗ ਤਾਂ ਹੁਣ ਲਾਏ ਰਹੀ, ਕੰਟਰੋਲ ਤਾਂ ਕਰੀ ਰਹੀ, ਅੱਗ ਤਾਂ ਹੀ ਕੰਟਰੋਲ ਹੋਈ ਹੈ, ਜੇ ਕਰੀਏ ਤਾਂ ਹੀ ਹੋਈ ਹੈ ਜੀ। ਭਾਜੀ ਪਾਈਪਾਂ ਦਾ ਇਹ 'ਚ ਕੋਈ ਨਕੋਹ ਨਹੀਂਗਾ? ਪੈਪ ਹੁਣ ਚੇਂਜ ਕਰਨੀਆਂ ਨਹੀਂ ਜੀ, ਹੁਣ ਜੇ ਮੰਨ ਲਓ ਦਿੱਤੀ ਹੋਈ ਹੈ ਸਰਕਾਰ ਨੂੰ ਆਰਡਰ, ਲਿਖ ਕੇ ਵੀ ਦਿੱਤਾ ਹੋਇਆ ਕਮੇਟੀ ਦਫ਼ਤਰ ਲਿਖ ਕੇ, ਤਾਂ ਪੈਪਾਂ ਨਵੀਆਂ ਆਈ ਹੋਈਆਂ ਲਾਣੀਆਂ ਨੇ, ਉਦੋਂ ਹੀ ਫਿਟਿੰਗ ਕਰਵਾ ਦੇਣੀ। ਤੁਹਾਡੇ ਕੋਲ ਸਾਜੋ ਸਮਾਨ ਭਜਾਉਣ ਦਾ, ਅੱਗ ਭਜਾਉਣ ਦਾ ਪੂਰਾ ਸਮਾਨ ਤੁਹਾਡੇ ਕੋਲ ਅਵੇਲੇਬਲ? ਸਾਰਾ ਅਵੇਲੇਬਲ ਹੈ ਪੂਰਾ ਜੀ। ਮੌਕੇ ਤੇ ਸਮਰਾਲਾ ਪੁਲਿਸ ਵੱਲੋਂ ਪਹੁੰਚ ਕੇ ਜਾਇਜ਼ਾ ਲਿਆ ਗਿਆ। ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ, ਹਾਲੇ ਨੁਕਸਾਨ ਦਾ ਕੋਈ ਅਨੁਮਾਨ ਨਹੀਂ ਲਗਾਇਆ ਗਿਆ। ਉਹਨਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਪੁਖਤਾ ਇੰਤਜ਼ਾਮ ਨਾ ਹੋਣ ਕਾਰਨ ਐਸਡੀਐਮ ਸਮਰਾਲਾ ਦੇ ਨਾਲ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ, ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਵੀ ਜਲਦ ਹੱਲ ਕੀਤਾ ਜਾਵੇਗਾ। ਦੇਖੋ ਰਵਿੰਦਰ ਕਰਿਆਨਾ ਸਟੋਰ ਹੈ, ਇਹਦੇ ਉੱਪਰਲੀ ਮੰਜ਼ਿਲ ਤੇ ਜਿਹੜਾ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਸੀ, ਤਾਂ ਇਹਦੇ ਸੰਬੰਧ 'ਚ ਮੈਨੂੰ ਭਾਰਦਵਾਜੀ ਦਾ ਫੋਨ ਆਇਆ। ਮੈਂ ਤੇ SHO ਦੀ ਟੀਮ ਇੱਥੇ ਜਿਹੜੀ ਮੌਕੇ 'ਤੇ ਪਹੁੰਚੀ ਹਾਂ। ਫਾਇਰ ਬ੍ਰਿਗੇਡ ਨੇ ਆਲਮੋਸਟ ਜਿਹੜੀ ਆ ਅੱਗ 'ਤੇ ਕਾਬੂ ਪਾ ਲਿਆ, ਇਹਦੇ 'ਚ ਨੁਕਸਾਨ ਤਾਂ ਹੁਣ ਟੋਟਲ ਅੱਗ ਬੁੱਝਣ ਤੋਂ ਹੀ ਬਾਅਦ 'ਚ ਪਤਾ ਲੱਗੂਗਾ, ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਰ ਫਾਇਰ ਬ੍ਰਿਗੇਡ ਦੀ ਗੱਲ ਕਰੀਏ ਤਾਂ ਫਾਇਰ ਬ੍ਰਿਗੇਡ ਦੇ ਦਮਗਲ ਦੇ ਬਹੁਤ ਹੁੰਦੇ ਨੇ ਵੀ ਇਹ ਟਾਈਮ ਤੇ ਆ ਗਈ, ਇਹ ਇਸੇ ਟਾਈਮ ਤੇ ਵੀ ਆ ਗਈ ਆ, ਬਟ ਉਹਨਾਂ ਦਾ ਅੱਗ ਬੁਝਾਉਣ ਵਾਲੀ ਜਿਹੜੀ ਪਾਈਪ ਦੀ ਆਪਾਂ ਗੱਲ ਕਰੀਏ ਤਾਂ ਪਾਈਪ ਪ੍ਰੋਪਰ ਨਹੀਂ ਚੱਲੀ ਹੈਗੀ, ਕੀ ਲੱਗਦਾ? ਦੇਖੋ ਇਹ ਜਿਹੜੀ ਇਹਦੇ ਸੰਬੰਧ 'ਚ ਮੇਰੀ SDM ਸਾਹਿਬ ਨਾਲ ਗੱਲ ਹੋ ਵੀ ਚੁੱਕੀ ਹੈ, ਉਹਨੇ ਜਦੋਂ ਮੈਂ ਵੀ ਆ ਕੇ ਦੇਖਿਆ ਤੇ ਨੋ ਡਾਊਟ ਕਿ ਪਾਣੀ ਕਾਫੀ ਥੱਲੇ ਲੀਕ ਕਰਦਾ ਸੀ। ਮੇਰੀ ਉਹਨਾਂ ਨਾਲ ਗੱਲ ਹੋ ਗਈ, ਉਹ ਨਾਲ ਗੱਲ ਹੋ ਗਈ ਔਰ ਇਹਨੂੰ ਜਿਹੜਾ ਇਹਦਾ ਸੁਧਾਰ ਵੀ ਜਲਦੀ ਕੀਤਾ।